22/4/1971 ਨੂੰ ਭਰਤੀ ਹੋਇਆ। ਉਸ ਟਾਈਮ ਲਗਭਗ 9 ਮਹੀਨੇ ਟ੍ਰੇਨਿੰਗ ਕੀਤੀ ਜਾਂਦੀ ਸੀ, ਪਰ ਸਾਨੂੰ 4.5 ਮਹੀਨੇ ਹੀ ਟ੍ਰੇਨ ਕਰਵਾ ਕੇ ਸੈਂਟਰ ਵਿੱਚੋਂ ਪੰਜਾਬ ਰੈਜੀਮੈਂਟ ਦੀ 23 ਪੰਜਾਬ ਵਿੱਚ ਭੇਜ ਦਿੱਤਾ। ਮੇਜਰ ਚਾਂਦਪੁਰੀ ਸਾਡੇ ਕੰਪਨੀ ਦੇ ਕੰਪਨੀ ਕਮਾਂਡਰ ਸੀ। ਅਸੀਂ ਉੱਥੇ ਬਹੁਤ ਰੇਤਾ ਸੀ, ਚੱਕੀ ਰੇਤਾ ਦੇ ਵਿੱਚ ਡਿਫੈਂਸ ਤਿਆਰ ਕੀਤਾ। ਲਗਭਗ 8 ਜਾਂ 9 ਵਜੇ ਟੈਂਕਾਂ ਦੀ ਆਵਾਜ਼ ਥੋੜ੍ਹੀ ਥੋੜ੍ਹੀ ਸੁਣਾਈ ਦਿੱਤੀ। ਅਸੀਂ ਮੋਰਚਿਆਂ ਵਿੱਚ ਡਟ ਗਏ ਅਤੇ ਉਹਨਾਂ ਦਾ ਇੰਤਜ਼ਾਰ ਕਰਨ ਲੱਗੇ। ਸਾਨੂੰ ਪਤਾ ਸੀ ਵੀ ਟੈਂਕਾਂ ਦੇ ਨਾਲ ਸਾਡਾ ਪੈਦਲ ਸੈਨਾ ਦਾ ਕੋਈ ਮੁਕਾਬਲਾ ਨਹੀਂ ਹੋਇਆ। ਸਾਡੇ ਉੱਤੇ ਲਗਭਗ 2 ਜਾਂ 2.5 ਵਜੇ RT ਦਾ ਬਹੁਤ ਭਾਰੀ ਫਾਇਰ ਹੋਇਆ। ਅਸੀਂ ਉਸ ਟਾਈਮ ਸ਼ਹੀਦੀ ਗਾਨੇ ਬੰਨ ਚੁੱਕੇ ਸੀ ਔਰ ਆਪੋ ਆਪਣੇ ਸਾਥੀਆਂ ਨੂੰ ਆਖਰੀ ਫਤਿਹ ਬੁਲਾ ਚੁੱਕੇ ਸੀ ਔਰ ਆਖਰੀ ਦਮ ਤੱਕ ਲੜਨ ਲਈ ਪ੍ਰਣ ਕਰ ਚੁੱਕੇ ਸੀ।